ਜੇ ਹਵਾ ਬਦਲ ਜਾਂਦੀ ਉਹ ਵੀ ਛੱਡ ਸਕਦੀਆਂ, ਉਹ ਕਿੰਨੀਆਂ ਗਾ ਨਾਲ ਉਹ ਹਵਾ ਇਹ ਚੱਲੀ ਹੈ ਜੀ ਇੱਧਰ ਦੀ। ਕੁੱਤੇ ਵੀ ਭੱਜੇ ਆਏ ਅਸੀਂ ਜਦ ਦੇਖਿਆ ਇੱਥੇ, ਪਹਿਲਾਂ ਉਹ ਪਾਰਲੀ ਮਾਰਕੀਟ 'ਚ ਲੱਗੀ ਵੀ ਲੱਗਦੀ ਲੱਗਦੀ, ਕਿਸੇ ਨਾਲ ਕੋਈ ਉਹ ਨਹੀਂ ਕੀਤੀ, ਹੈਲਪ ਨਹੀਂ ਕੀਤੀ, ਜਾਂ ਉਹਨੂੰ ਜਿਹਨੂੰ ਸਾਡੀਆਂ ਦੁਕਾਨਾਂ ਬਚ ਜਾਣੀਆਂ ਦੀਆਂ, ਦੇਖਦੇ ਸਾਰਾ ਕੁਛ ਸੜ ਕੇ ਸਾਡ ਸੁਣਾਓ ਘਰ ਵਾਲੇ ਦੀ ਵੀ ਡੈਥ ਹੋ ਗਈ ਪਿੱਛੇ ਜਿਹੇ ਮਹੀਨੇ ਹੋਏ। ਮੇਰੇ ਘਰ ਵਾਲਾ ਗੁਜ਼ਰ ਗਿਆ ਕਿ ਬੱਚੇ ਆ, ਬੱਚੇ ਤੁਹਾਨੂੰ ਪਤਾ ਹੀ ਆ, ਫਿਰ ਆਪਣੇ ਇੱਕ ਬੱਚਿਆਂ ਨੂੰ ਪਾਲਦੇ ਆ, ਬਹੁ ਪੈਸਾ ਕਿੱਥੇ ਉਤਰਨਾ, ਦੂਈ ਵਾਰ ਚੱਕਣਾ, ਇੰਨੇ ਲੱਖ ਦਾ ਦੂਈ ਵਾਰ ਚੱਕ ਹੁਣ ਤਾਂ ਸਮਾਨ ਪੈਣਾ ਹੈ। ਹਾਂਜੀ 10 ਸਾਲ ਮੈਂ ਉੱਠ ਨਹੀਂ ਸਕਦੀ। ਜੂਨ 2019 ਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਗਵਾਹ ਬਣੀ ਅਗਨੀਕਾਂਡ ਦਾ, ਜਦੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਪੈਰਾਂ ਦੇ ਵਿੱਚ ਬਣੀਆਂ ਹੋਈਆਂ 50 ਦੇ ਕਰੀਬ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ, ਕਈ ਵਾਹਨ ਵੀ ਸੜ ਗਏ ਤੇ ਕਈ ਹਰੇ ਭਰੇ ਰੁੱਖ ਵੀ ਮੱਚ ਕੇ ਰਾਖ ਹੋ ਗਏ। ਉਸ ਵੇਲੇ ਲੋਕਾਂ ਨੇ ਆਪਣੇ ਅੱਖਾਂ ਦੇ ਨਾਲ ਆਪਣੇ ਕਾਰੋਬਾਰ ਨੂੰ ਸੜਦਾ ਵੇਖਿਆ ਤੇ ਆਪਣੇ ਜਜ਼ਬਾਤ ਮੱਚਦੇ ਵੇਖੇ। 15 ਦਿਨ ਦੇ ਬਾਅਦ ਕਰੀਬ ਅਸੀਂ ਇੱਥੇ ਪਹੁੰਚੇ ਹਾਂ ਇਹ ਦੇਖਣ ਲਈ ਕਿ ਕੀ ਹਾਲਾਤ ਨੋਰਮਲ ਹੋ ਗਏ ਨੇ, ਕੀ ਜ਼ਿੰਦਗੀ ਪਹਿਲਾਂ ਦੇ ਵਾਂਗੂ ਹੋ ਗਈ ਹੈ ਤੇ ਕੀ ਲੋਕਾਂ ਦੇ ਕਾਰੋਬਾਰ ਮੁੜ ਤੋਂ ਸ਼ੁਰੂ ਹੋ ਗਏ ਨੇ। ਸਭ ਤੋਂ ਵੱਡਾ ਸਵਾਲ, ਕੀ ਅਨੰਦਪੁਰ ਸਾਹਿਬ ਨੂੰ ਫਾਇਰ ਸਟੇਸ਼ਨ ਮਿਲ ਗਿਆ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਅੱਜ ਅਸੀਂ ਹਰ ਸੰਬੰਧਿਤ ਵਿਅਕਤੀ ਦੇ ਕੋਲ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਕੀ ਇਹ ਸਾਰੇ ਸਵਾਲ ਦੇ ਜਵਾਬ ਨੇ ਜਿਹੜੇ ਉਹ ਸਾਨੂੰ ਮਿਲ ਜਾਣਗੇ। ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਸਭ ਕੁਝ ਪਹਿਲਾਂ ਦੇ ਵਾਂਗੂ ਨੋਰਮਲ ਹੋ ਗਿਆ ਅਨੰਦਪੁਰ ਸਾਹਿਬ ਦੇ ਉਹਨਾਂ ਪੀੜਿਤ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਇਸ ਅਗਨੀਕਾਂਡ ਤੋਂ ਸਭ ਤੋਂ ਪਹਿਲਾਂ ਅਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੈਰਾਂ ਵਿੱਚ ਬਣੇ ਉਸੇ ਥਾਂ ਤੇ ਪਹੁੰਚੇ ਜਿੱਥੇ ਲੱਗੀ ਅੱਗ ਦਾ ਸੇਕ, ਖਾਲਸੇ ਦੀ ਧਰਤੀ ਨੂੰ ਦਿਲ 'ਚ ਵਸਾਈ ਬੈਠੇ। ਦੁਨੀਆ ਭਰ 'ਚ ਵਸਦੇ ਹਰ ਖਾਲਸੇ ਤੱਕ ਪਹੁੰਚਿਆ, ਚਾਰੇ ਪਾਸੇ ਵੀਰਾਨਗੀ, ਰਾਖ ਦੇ ਢੇਰ, ਸੜੇ ਹੋਏ ਵਾਹਨ ਤੇ ਮੱਚੇ ਰੁੱਖ ਹਾਲੇ ਵੀ ਅਗਨੀਕਾਂਡ ਦਾ ਸੋਗ ਮਨਾ ਰਹੇ ਸੀ। ਸਾਨੂੰ ਦੇਖ ਕੇ ਅੱਗ ਵਿੱਚ ਆਪਣਾ ਕਾਰੋਬਾਰ ਗੁਆ ਚੁੱਕੇ ਪੀੜਤ ਦੁਕਾਨਦਾਰ ਇਕੱਠੇ ਹੋ ਗਏ। ਉਹਨਾਂ ਦਾ ਦਰਦ ਸੀ ਕਿ ਅਸੀਂ 2 ਵਾਰ ਲੁੱਟੇ ਗਏ ਹਾਂ। 7 ਜੂਨ ਨੂੰ ਅੱਗ ਨੇ ਬਰਬਾਦ ਕਰ ਦਿੱਤਾ ਤੇ 15 ਜੂਨ ਨੂੰ MC ਨੇ ਬੁਲਡੋਜ਼ਰ ਫੇਰ ਕੇ ਮੁੜ ਤੋਂ ਉਜਾੜ ਦਿੱਤਾ। 5 ਦਿਨ ਕੋਈ ਨਹੀਂ ਆਇਆ, ਜਦ ਅਸੀਂ ਐਨ ਮੁਕੰਮਲ ਗਾ ਲਿਆ ਤਾਂ ਆ ਕੇ ਬੁਲਡੋਜ਼ਰ ਫੇਰਿਆ ਨਹੀਂ। ਸਾਡਾ ਉਹ ਵੀ ਨੁਕਸਾਨ ਹੋਇਆ, ਸਾਡਾ ਉਹ ਵੀ ਹੋਇਆ, ਕਿੱਥੇ ਮਰ ਗਏ ਸੀ ਦੱਸੋ ਮੈਨੂੰ। ਬਾਂਸ ਨਹੀਂ ਲਾਣ ਦਿੱਤੀ ਉਹਨਾਂ ਨੇ ਸਾਨੂੰ, ਸਿੱਧਾ ਹੀ ਕਹਿੰਦੇ ਡਿਸਪੋਜ਼ਲ ਫੇਰੋ ਫੇਰੋ। MCO ਲਾ ਗਏ ਸਾਰੇ, ਕੋਈ ਨਹੀਂ ਸਾਡੇ ਕੋਲ ਖੜਿਆ ਆ ਕੇ, ਕੋਈ ਕਿਸੇ ਨੇ ਕੁਛ ਪੁੱਛਿਆ ਨਹੀਂ ਹੈਗਾ ਸਾਥੋਂ ਆ ਕੇ ਵੀ ਸਾਡੇ ਕੋਲ ਕੋਈ ਆਰਡਰ ਨਹੀਂ ਦਿੱਤਾ, ਕੋਈ ਕੁਛ ਨਹੀਂ, ਸਾਰਾ ਹੀ ਏਦਾਂ ਭੰਨ ਕੇ ਸਾਡਾ ਸਮਾਨ। ਜਿਹੜੇ ਸਾਡੇ ਰਿਸ਼ਤੇਦਾਰਾਂ ਨੇ ਕੀਤੀ ਸੀ ਮਦਦ ਸਾਡੀ ਤਾਂ ਉਹ ਵੀ ਗਈ। ਇਹਨਾਂ ਦੀਆਂ ਦੁਕਾਨਾਂ ਨਗਰ ਕੌਂਸਲ ਦੀ ਜ਼ਮੀਨ ਵਿੱਚ ਸਨ। ਪਿਛਲੇ 40 ਸਾਲ ਤੋਂ ਇਹ ਕੌਂਸਲ ਦੀ ਥਾਂ ਵਿੱਚ ਨਿਗੂਣੇ ਕਿਰਾਏ ਨਾਲ ਇੱਥੇ ਤਹਿ ਬਾਜ਼ਾਰੀ ਵਜੋਂ ਸਮਾਨ ਵੇਚਦੇ ਸੀ। ਤਹਿ ਬਾਜ਼ਾਰੀ ਦਾ ਮਤਲਬ ਹੁੰਦਾ ਸਵੇਰੇ ਤੰਬੂ ਲਾਇਆ ਤੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਲਾ ਦਿੱਤਾ। ਅੱਗਜ਼ਨੀ ਦੀ ਘਟਨਾ ਤੋਂ ਬਾਅਦ ਇਲਾਕੇ ਦੇ MLA ਤੇ ਵਿਧਾਨ ਸਭਾ ਦੇ ਸਪੀਕਰ KP ਰਾਣਾ ਸਿੰਘ ਨੇ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੇ ਜ਼ਰੀਏ ਇਹਨਾਂ ਨੂੰ ਅਨੰਦਪੁਰ ਸਾਹਿਬ ਬੱਸ ਅੱਡੇ ਨੇੜੇ ਦੁਕਾਨਾਂ ਲਈ ਬੂਥ ਬਣਾ ਕੇ ਦੇਣ ਦੀ ਪੇਸ਼ਕਸ਼ ਕੀਤੀ, ਜੋ ਅੱਧੇ ਦੁਕਾਨਦਾਰਾਂ ਨੂੰ ਮਨਜ਼ੂਰ ਨਹੀਂ ਹੈ। ਸਾਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਜੀ, ਧੱਕੇ ਨਾਲ ਸਾਨੂੰ ਕਹੀ ਜਾਂਦੇ ਵੀ ਉੱਥੇ ਲਵਾ ਲਓ, ਉੱਥੇ ਲਵਾ ਲਓ, ਉੱਥੇ ਸਾਡਾ ਕੰਮ ਨਹੀਂ ਚੱਲਣਾ ਹੈਗਾ। ਉੱਥੇ ਕਿਉਂ ਨਹੀਂ ਕੰਮ ਚੱਲਦਾ? ਬਸ ਉੱਥੇ ਸਾਡਾ ਕੰਮ ਖਿਡੌਣੇ ਦਾ, ਸਾਡੇ ਇੱਥੇ ਕੰਮ ਹੈ ਕੜਿਆਂ ਦਾ, ਉਹ ਤਾਂ ਗੁਰਦੁਆਰਾ ਸਾਹਿਬ ਦੇ ਕੋਲ ਹੀ ਚੱਲ ਸਕਦਾ, ਸਿੱਖੀ ਦਾ ਸਮਾਨ ਹੈ, ਹੋਰ ਸਮਾਨ ਸਾਡਾ ਅਸੀਂ ਕਦੇ ਵੇਚਿਆ ਨਹੀਂ ਹੈਗਾ, ਉੱਥੇ ਸਾਡਾ ਚੱਲਣਾ ਨਹੀਂ ਜੀ ਹੈਗਾ। ਅਸੀਂ ਕਹਿੰਦੇ ਸਾਨੂੰ ਇੱਥੇ ਹੀ ਦੁਕਾਨਾਂ ਬਣਾ ਕੇ ਦਿਓ ਜੀ ਦੁਬਾਰੀਆਂ, ਸਾਡਾ ਉੱਥੇ ਰੁਜ਼ਗਾਰ ਨਹੀਂ ਚੱਲਣਾ ਜੀ। ਇਹਨਾਂ ਅੱਗੇ ਇਹੀ ਬੇਨਤੀ ਹੈ, ਸਾਨੂੰ ਇੱਥੇ ਦੁਕਾਨਾਂ ਲੋਡ ਕੀਤੀਆਂ ਜਾਣ, ਇੱਥੇ ਹੀ ਕਰਨ, ਕਿਉਂਕਿ
ਸਾਡੇ ਸਿੱਖੀ ਮਾਲ ਜਿਹੜਾ ਇੱਥੇ ਸਮਾਨ ਵਿਕ ਸਕਦਾ ਹੋਰ ਕਦੇ ਨਹੀਂ ਵਿਕ ਸਕਦਾ। ਅਸੀਂ ਪੱਖ ਜਾਣਨ ਲਈ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਕੋਲ ਪਹੁੰਚੇ। ਪ੍ਰਧਾਨ ਨੇ ਮਾਈਕ ਤੇ ਬੋਲਣ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਪੀੜਤਾਂ ਦੀ ਸਹਿਮਤੀ ਨਾਲ ਲਿਆ ਗਿਆ। ਸਮਝੌਤੇ ਤੇ ਦੁਕਾਨਦਾਰਾਂ ਦੇ ਦਸਤਖਤ ਵੀ ਨੇ। ਅਸੀਂ ਜਲਦ ਹੀ ਬੱਸ ਅੱਡੇ ਨੇੜੇ ਇਹ ਦੁਕਾਨਾਂ ਉਸਾਰ ਦਿਆਂਗੇ। ਉਕਤ ਅੱਗ ਦੀ ਘਟਨਾ ਵਾਲੀ MC ਦੀ ਥਾਂ ਤੇ ਪੰਜਾਬ ਸਰਕਾਰ ਦਾ ਟੂਰਿਜ਼ਮ ਵਿਭਾਗ ਆਪਣਾ ਪ੍ਰੋਜੈਕਟ ਜਲਦ ਹੀ ਸ਼ੁਰੂ ਕਰ ਰਿਹਾ ਹੈ। ਬਰਬਾਦ ਹੋਏ ਦੁਕਾਨਦਾਰਾਂ ਵਿੱਚੋਂ ਕੁਝ ਦੁਕਾਨਦਾਰ ਨਗਰ ਕੌਂਸਲ ਦੇ ਫੈਸਲੇ ਨਾਲ ਸਹਿਮਤ ਵੀ ਹਨ। ਸਾਡੇ ਮਾਨਯੋਗ ਰਾਣਾ ਸਪੀਕਰ ਜੀ ਦਾ ਹੁਕਮ ਹੋਇਆ, ਉਹਨਾਂ ਨੇ ਸਾਡੇ ਗਰੀਬਾਂ ਦੀ ਸੁਣੀਆਂ। ਇੱਕ ਤਾਂ ਉਹਨਾਂ ਨੇ 50,000 ਰੁਪਏ ਇਹਨਾਂ ਨੂੰ ਮੁਆਵਜ਼ਾ ਦਿੱਤਾ, ਉੱਪਰ ਤੇ ਉਹਨਾਂ ਨੇ ਇਹ ਗੱਲ ਰੱਖੀ ਕਿ ਵੀ ਜਿਹੜੀਆਂ ਇਹਨਾਂ ਨੂੰ ਪੱਕੇ ਬੂਥ ਦਿੱਤੇ ਜਾਣ ਕਿ ਵੀ ਇਹਨਾਂ ਗਰੀਬਾਂ ਦਾ ਅੱਗੇ ਅੱਜ ਤੋਂ 50 ਸਾਲਾਂ ਦੇ ਪਹਿਲਾਂ ਦੇ ਫੜੀ ਵਾਲੇ ਬੈਠੇ ਵੀ, ਠੀਕ ਹੈ ਜੀ, ਇਹਨਾਂ ਬਾਰੇ ਕੋਈ ਸਰਕਾਰ ਨਹੀਂ ਸੋਚਦੀ। ਇਹ ਸਾਡੇ ਮਾਨਯੋਗ ਸਪੀਕਰ ਸਾਹਿਬ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨੇ ਸਾਡਾ ਇੰਨਾ ਸੋਚਿਆ ਕਿ 40-40, 50-50 ਲੱਖ ਦੀ ਦੁਕਾਨ ਸਾਨੂੰ ਰੋਡ ਦੇ ਨਾਲ ਕਮੇਟੀ ਦਾ ਜਗ੍ਹਾ ਦੇ ਕੇ ਸਾਨੂੰ ਬਣਾ ਰਹੇ ਹੋ ਜੀ। ਸਾਨੂੰ ਸੈਟੀਸਫੈਕਸ਼ਨ ਹੈ ਜੀ, ਹੁਣ ਤੱਕ ਸਾਡੀ ਕੋਈ ਸੁਣੀ ਨਹੀਂ ਸੀ ਗਈ, ਪਹਿਲੀ ਵਾਰੀ ਹੈ ਵੀ ਸਾਨੂੰ ਬੂਥ ਬਣ ਕੇ ਮਿਲ ਰਹੇ ਹੈ, ਉਹ ਸਾਨੂੰ ਪੱਕੇ ਤੌਰ ਤੇ ਲਾਟ ਹੋਣਗੇ। ਸਾਡਾ ਦੂਜਾ ਸਵਾਲ ਸੀ, ਇੰਨੀ ਭਿਆਨਕ ਅੱਗ ਆਖਰ ਲੱਗੀ ਕਿਵੇਂ? ਜੇ ਲੱਗ ਵੀ ਗਈ ਤਾਂ ਕਾਬੂ ਕਿਉਂ ਨਹੀਂ ਪਾਇਆ ਜਾ ਸਕਿਆ? ਸਭ ਤੋਂ ਵੱਡੀ ਫਾਇਰ ਬ੍ਰਿਗੇਡ ਆਈ, ਟਾਈਮ ਤੇ ਆ ਜਾਂਦੇ, 1 ਜਾਂ 2 ਦੁਕਾਨਾਂ ਹੋਣੀਆਂ, ਸਾਰੇ ਕਾਬੂ ਹੋ ਜਾਣਾ। ਅਸੀਂ ਇਸੇ ਵੇਟ 'ਚ ਰਹਿ ਗਏ, 5 ਤੋਂ 10 ਮਿੰਟ 'ਚ ਫਾਇਰ ਬ੍ਰਿਗੇਡ ਆ ਜੂਗੀ, 1 ਘੰਟਾ 10 ਮਿੰਟ 'ਚ ਆਈ ਹੈ, ਜਦ ਤੱਕ ਪੂਰਾ ਸਵਾਹ ਹੋ ਗਿਆ ਸੀ। ਜੇ ਹਵਾ ਬਦਲ ਜਾਂਦੀ ਉਹ ਵੀ ਛੱਡ ਸਕਦੀਆਂ, ਉਹ ਕਿੰਨੀਆਂ ਗਾ ਨਾਲ ਉਹ ਹਵਾ ਇਹ ਚੱਲੀ ਹੈ ਜੀ ਇੱਧਰ ਦੀ। ਅਸੀਂ ਵੇਟ ਕਰ ਰਹੇ, ਚਲੋ ਫਾਇਰ ਬ੍ਰਿਗੇਡ ਆ ਜਾਓ, ਬਚਾਅ ਕਰ ਦੂਗੀ। ਜੇ ਅਸੀਂ ਉਹ ਨਹੀਂ ਵੇਟ ਨਾ ਕਰਦੇ, ਆਪਣਾ ਸਮਾਨ ਅਸੀਂ ਹੱਦ ਤੋਂ ਜ਼ਿਆਦਾ ਕੱਢ ਲੈਂਦੇ, ਜਿਹਦੇ 'ਚੋਂ ਅਸੀਂ ਹੁਣ ਕੁਛ ਵੀ ਨਹੀਂ ਕੱਢ ਪਾਏ। ਤੁਹਾਡੇ ਸਾਹਮਣੇ ਸੜ ਕੇ ਸਵਾਹ ਹੋ ਗਈਆਂ ਦੁਕਾਨਾਂ? ਬਿਲਕੁਲ, ਅੱਖਾਂ ਦੇ ਸਾਹਮਣੇ ਜੀ, ਬਿਲਕੁਲ ਅੱਖਾਂ ਦੇ ਸਾਹਮਣੇ। ਤੰਬੂ ਵਾਲੀਆਂ ਗੱਲਾਂ ਕਰਕੇ ਸਰਕਾਰ ਆਪਣੇ ਗਲੋਂ ਗੱਲ ਲਾਉਣ ਦੀ ਕੋਸ਼ਿਸ਼ ਨਾ ਕਰੇ। ਮੇਨ ਜਿਹੜੀ ਗੱਲ ਹੈ, ਸਭ ਤੋਂ ਵੱਡਾ ਕਾਰਨ ਅੱਗ ਵਧਣ ਦਾ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੇਟ ਹੋਣ ਕਰਕੇ ਹੋਇਆ। ਹੋ ਸਕਦਾ ਜੇ ਗੱਡੀਆਂ ਇੱਥੇ ਹੁੰਦੀਆਂ, ਅੱਗ, ਇਹ ਗੱਲ ਠੀਕ ਹੈ ਵੀ ਤਰਪਾਲਾਂ ਲੱਗੀਆਂ ਨੇ ਉਹਦੇ ਕਰਕੇ ਅੱਗ ਜ਼ਿਆਦਾ ਫੈਲਦੀ ਆ, ਜਗ ਅੱਗ ਜ਼ਿਆਦਾ ਫੜਦੀਆਂ ਨੇ ਉਹ, ਪਰ ਉਹਨੂੰ ਰੋਕਣ ਲਈ ਜੇਕਰ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁੰਦੀਆਂ, ਮੇਰੇ ਹਿਸਾਬ ਨਾਲ 1 ਜਾਂ 2 ਦੁਕਾਨਾਂ ਦੇ ਵਿੱਚ ਹੀ ਇਹ ਮਸਲਾ ਬਾਕੀ ਹੱਲ ਹੋ ਜਾਣਾ। ਇਹ ਸੱਚਮੁੱਚ ਬਹੁਤ ਵੱਡਾ ਫਿਕਰ ਹੈ ਕਿ ਜੇ ਅੱਗਜ਼ਨੀ ਦੀ ਇਹ ਘਟਨਾ ਹੋਲੇ ਮਹੱਲੇ ਵਕਤ ਜਾਂ ਵਿਸਾਖੀ ਵੇਲੇ ਵਾਪਰ ਜਾਂਦੀ ਤਾਂ ਕਿੰਨੀ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਣਾ ਸੀ, ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਘਟਨਾ ਤੋਂ ਬਾਅਦ ਫਾਇਰ ਸਟੇਸ਼ਨ ਦਾ ਐਲਾਨ ਕਰ ਚੁੱਕੇ ਕਾਂਗਰਸ MP ਮਨੀਸ਼ ਤਿਵਾੜੀ ਨਾਲ ਤਾਂ ਰਾਬਤਾ ਕਾਇਮ ਨਹੀਂ ਹੋ ਸਕਿਆ, ਪਰ ਵਿਧਾਨ ਸਭਾ ਸਪੀਕਰ ਤੇ ਇਲਾਕੇ ਦੇ MLA ਰਾਣਾ KP ਸਿੰਘ ਨੇ ਖਾਲਸੇ ਦੀ ਧਰਤੀ ਨੂੰ ਜਲਦ ਫਾਇਰ ਸਟੇਸ਼ਨ ਮਿਲ ਜਾਏਗਾ ਵਾਲਾ ਬਿਆਨ ਦੁਹਰਾ ਦਿੱਤਾ। ਫਾਇਰ ਸਟੇਸ਼ਨ ਦੀ, ਫਾਇਰ ਬ੍ਰਿਗੇਡ ਦੀ ਵੱਡੀ ਲੋੜ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ। ਜੇ ਸਰਕਾਰ ਹਲੇ ਵੀ, ਕਿਉਂਕਿ ਹਲੇ ਤੱਕ ਵੀ ਫਾਇਰ ਸਟੇਸ਼ਨ ਦਾ ਸਿਰਫ ਐਲਾਨ ਕੀਤਾ ਗਿਆ, ਕੋਈ ਵੀ ਫਾਇਰ ਸਟੇਸ਼ਨ ਅਨੰਦਪੁਰ ਸਾਹਿਬ ਨੂੰ, ਖਾਲਸੇ ਦੀ ਧਰਤੀ ਨੂੰ ਹਾਲੇ ਤੱਕ ਨਹੀਂ ਮਿਲਿਆ, ਤੇ ਕਿਉਂ ਨਾ ਕਮੇਟੀ ਦੇ ਵੱਲੋਂ ਆਪਣੇ ਤੌਰ ਤੇ ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ, ਤੇ ਕਿਉਂ ਨਾ ਕਾਰ ਸੇਵਾ ਵਾਲੇ ਬਾਬਿਆਂ ਜਾਂ ਹੋਰ ਜਥੇਬੰਦੀਆਂ ਦੇ ਵੱਲੋਂ ਮਿਲ ਕੇ, ਤਖ਼ਤ ਖਾਲਸੇ ਦੀ ਧਰਤੀ ਹੈ, ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ, ਉੱਥੇ ਇੱਕ ਫਾਇਰ ਸਟੇਸ਼ਨ ਲਿਆਂਦਾ ਜਾਵੇ। ਅੱਜ ਜਨੀ ਦੀ ਇਸ ਘਟਨਾ ਵਿੱਚ SGPC ਦੀ ਜ਼ਮੀਨ ਵਿੱਚ ਬਣੀਆਂ ਕਰੀਬ 28 ਦੁਕਾਨਾਂ ਵੀ ਸੜ ਕੇ ਸਵਾਹ ਹੋ ਗਈਆਂ, ਪਰ ਇਹਨਾਂ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਦਿੱਤੀ ਗਈ। ਘਟਨਾ ਦਾ ਕਾਰਨ ਭਾਵੇਂ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ, ਪਰ ਇੰਨਾ ਵੱਡਾ ਨੁਕਸਾਨ ਹੋਣ ਦਾ ਦੋਸ਼ ਸਿਰਫ ਤੇ ਸਿਰਫ ਪ੍ਰਸ਼ਾਸਨ ਤੇ ਲੱਗ ਰਿਹਾ ਹੈ, ਕਿਉਂਕਿ ਅਨੰਦਪੁਰ ਸਾਹਿਬ ਵਿੱਚ ਇੱਕ ਵੀ ਫਾਇਰ ਸਟੇਸ਼ਨ ਨਹੀਂ ਸੀ। ਬਹੁਤ ਹੀ ਸ਼ਰਮਨਾਕ ਤੇ ਬਹੁਤ ਹੀ ਹੈਰਾਨੀਜਨਕ ਹੈ ਕਿ ਇਸ ਸ਼ਹਿਰ ਦੇ ਵਿੱਚ ਇੱਕ ਵੀ ਫਾਇਰ ਸਟੇਸ਼ਨ ਨਹੀਂ ਹੈ, ਦੂਸਰੇ ਸ਼ਹਿਰਾਂ ਤੋਂ ਫਾਇਰ ਸਟੇਸ਼ਨ ਮੰਗਵਾਇਆ ਜਾਂਦਾ ਹੈ। ਔਰ ਬਿਲਕੁਲ ਬਿਨਾਂ ਸ਼ੱਕ ਉਹ ਸਾਫ ਹੈ ਕਿ ਜਦੋਂ ਉੱਥੋਂ ਲੈ ਕੇ ਇੱਥੋਂ ਤੱਕ ਫਾਇਰ ਬ੍ਰਿਗੇਡ ਪਹੁੰਚੇਗੀ ਤਾਂ ਉਹਨੂੰ ਟਾਈਮ ਤਾਂ ਲੱਗੇਗਾ ਹੀ। ਸੋ ਸਭ ਤੋਂ ਵੱਡੀ ਗਲਤੀ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਫਾਇਰ ਸਟੇਸ਼ਨ ਨਹੀਂ ਹੈ। ਹੁਣ ਸਰਕਾਰ ਨੇ ਐਲਾਨ ਕੀਤਾ, ਸਪੀਕਰ KP ਰਾਣਾ ਨੇ ਐਲਾਨ ਕੀਤਾ ਕਿ ਫਾਇਰ ਸਟੇਸ਼ਨ ਹੈ ਜਿਹੜਾ ਉਹ ਇੱਥੇ ਜਲਦੀ ਦਿੱਤਾ ਜਾਊਗਾ।
एमपी बने ने नवे नवे कांग्रेस के मनीष तिवाड़ी, उन्होंने भी वादा किया पर सवाल फिर उही है भी कदों तक होना यह चाहिए सी। जिस दिन घटना वापरी तुरंत इतने फायर स्टेशन है जिहड़ा वह लगना चाहिए सी, क्योंकि संगत वड्डी गिणती विच हुण भी इत्थे पहुँचती है, घटना कदों भी वापर सकती है और फायर स्टेशन वर्गियां जिहड़ियां राहतां ने, जिहड़ियां इस तरह दियां सहूलतां ने, वो इन्ने वड्डे शहरां दे विच, क्योंकि दुनिया दे विच नाम है आनंदपुर साहिब दा, सिखां दा एक तख्त है, दुनिया भर तों इत्थे संगत है जिहड़ी दर्शन दीदारे करन पहुँचती है खालसे दी धरती होण करके। सो हाले तक भी इत्थे ना कोई फायर स्टेशन है, ना ही कोई फायर ब्रिगेड वर्गी तुरंत जिहड़ी राहत वर्गी सहूलत हाले तक नहीं दित्ती गई। हाले तक पीड़ित दुकानदारां दा भी उही हाल है जिहड़ा उह मन्निया जा सकदा है। वीडियो जर्नलिस्ट दिलप्रीत सिंह दे नाल हरशरण कौर द खालस टीवी लई आनंदपुर साहिब तों खास रिपोर्ट।